ਸਾਰੇ ਜੀ ਖੂਬਸੂਰਤ ਵੀਡੀਓ ਬਣਾਈ ਤਾਂ ਦੱਸੀ ਜਾਏ, ਕਿਉਂਕਿ ਇਸਨੇ ਦਰਮਿਆਨ ਆਸਾਂ ਨੇ ਕਾਫੀ ਕਹਿ ਸਕਦੇ ਹੋ ਕਿ ਖੂਬਸੂਰਤ ਕੋਠੀਆਂ ਸਾਰੇ ਵਿੱਚ ਬਾਕੀ ਮਜ਼ੀਦ ਅਗਰ ਸੁਣਾ ਵੀਡੀਓ ਖੁੱਲ ਤਾਂ ਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਡੀਅਰ ਵਿਊਅਰਸ, ਵਧੀਆ ਕਰਦਾ ਕਿ ਸਭ ਪੇ ਪ੍ਰਾਲਾ ਨੇ ਫਜ਼ਲ ਕਰ ਬਲਾ ਠੀਕ ਠਾਕ ਹੋ ਸੋ ਮੈਂ ਤੁਸਾਂ ਨੂੰ ਮੇਜ਼ਬਾਨ ਰੁਕਮਾਨ ਲਈ ਸੁਣ ਤਕਨੀ ਯੂਟਿਊਬ ਚੈਨਲ ਪੋਠਾ ਸ਼ੇਰ ਟੀਵੀ। ਅੱਛਾ ਜੀ ਦੋਸਤੋ, ਇਸ ਟਾਈਮ ਮੈਂ ਸਮਝੂ ਸਾਂ ਡਡਿਆਲਾ, ਇੱਕ ਬੜਾ ਖੂਬਸੂਰਤ ਇਲਾਕਾ ਗਰਾਂ ਢਗਰ, ਇੱਥੋਂ ਅਸਾਂ ਜਾਂ ਠਾਣੇ ਵਾਲੇ ਪਾਸੇ ਅਤੇ ਤੁਸੀਂ ਗਰਾਂ ਵਿੱਚ ਖੂਬਸੂਰਤ ਮੰਜ਼ਰ ਦੱਸਾਂ ਬਾਕੀ ਤੁਸਾਂ ਪੁੱਛਿਆ ਤਾਂ ਕਹਿ ਸਕਦੇ ਹੋ ਕਿ ਖੂਬਸੂਰਤ ਕੋਠੀਆਂ ਠਾਣੇ ਵਿੱਚ ਬਾਕੀ ਮਜ਼ੀਦ ਅਗਰ ਸੁਣਾ ਵੀਡੀਓ ਖੁੱਲ੍ਹ ਦੱਸੋ ਅਤੇ ਤੁਸਾਂ ਕੀ ਖੂਬਸੂਰਤੀ ਪਤਾ ਲੱਗੀ ਜਾ ਸਕੀ ਹੈ ਕਿ ਵਾਕਈ ਕਸ਼ਮੀਰ ਕੀ ਜੰਨਤ ਨਜ਼ੀਰ ਕਿਉਂ ਹੈ ਜਾਣਾ।
अच्छा जी दोस्तों, उम्मीद करना कि वीडियो फुल तक ही है और वीडियो की पसंद आई होगी। असर डगार तू आए 18 साइड पर और बीच तो काफ़ी मकान है, बाकी तो बड़ी खूबसूरत व्यू तो क्या है। डगार असा कुछ कम नहीं बजा तो गेर था, पर वो कम पूरा नहीं हो सकया और सोचा कि तुम कि डगार तू 18 जी खूबसूरत वीडियो बनाई दसी जाए, क्योंकि इसने दरम्यान असने काफ़ी सारे भैन भ्रा चाचा बुजुर्ग के जरा कि खास कर परदेस बच्च है। और अगर तुसा की वीडियो पसंद आई है वीडियो की लाइक करो और कमेंट च राय दो कि वीडियो तुसें केजी लगी है और वीडियो लिंक हो सके अगे लाजमी शेयर करो ताकि दुए भैन भ्रा खूबसूरत वीडियो तकी सकन। और अपना बहुत सारा ख्याल रखे, जो इजाजत मिले एक नवी वीडियो च। अल्लाह सोने।